ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਚ ਇਹਦੇ ਵਿੱਚ ਦੱਸੋ ਹੁਣ ਕੀ ਰੋਲ ਅਦਾ ਕਰੇ ਸੀਐਮ ਤੁਸੀਂ ਕਹਿੰਦੇ ਹੋ ਜਗਤਾਰ ਹਵਾਰਾ ਨੂੰ ਛੱਡ ਦਿਓ ਕਿਉਂ ਛੱਡ ਦਿਓ ਉਹਨੇ ਇੱਕ ਸੀਐਮ ਮਾਰਿਆ ਇੱਕ ਸਟੇਟ ਦਾ ਇੱਕ ਮੁੱਖ ਮੰਤਰੀ ਨੂੰ ਮਾਰਿਆ ਉਸ ਤੋਂ ਪਹਿਲਾਂ ਤੁਸੀਂ ਜ਼ਿਕਰ ਕਰ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਚ ਇਹਦੇ ਵਿੱਚ ਦੱਸੋ ਹੁਣ ਕੀ ਰੋਲ ਅਦਾ ਕਰੇ ਸੀਐਮ ਇਹਦੇ ਚੋਂ ਕੀ ਕਰ ਸਕਦੇ ਨੇ ਮੈਂ ਮਾਮਲਾ ਇਟਸ ਅੰਡਰ ਇਟਸ ਅੰਡਰ ਦ ਇਹ ਕਹਿੰਦੇ ਨੇ ਕਿ ਕਿਸੇ ਨੇ ਮੁੱਖ ਮੰਤਰੀ ਨੂੰ ਮਾਰਤਾ ਉਹਨੂੰ ਜੇਲ੍ਹ ਚੋਂ ਆਜ਼ਾਦ ਕਰ ਦਿਓ ਬੰਦੀ ਸਿੱਖਾਂ ਨੂੰ ਰਿਹਾਈ ਚਾਹੀਦੀ ਹੈ ਜਦਕਿ ਆਲਰੇਡੀ ਉਹਨਾਂ ਦੇ ਕੇਸ ਕੋਰਟ ਦੇ ਵਿੱਚ ਨੇ ਕੋਰਟ ਨੇ ਦੇਖਣਾ ਛੱਡਣਾ ਨਹੀਂ ਛੱਡਣਾ ਤਾਂ ਮੇਰੇ ਵਿਊ ਪੁਆਇੰਟ ਦੇ ਨਾਲ ਪੂਰੀ ਇਨਜੈਨੂਇਨ ਡਿਮਾਂਡਸ ਹੈ ਕੱਲ ਨੂੰ ਕੋਈ ਕਿਸੇ ਦਾ ਕਤਲ ਕਰ ਦੇ ਕਿਸੇ ਨੂੰ ਮਾਰ ਦੇ ਉਹ ਆਪਣੀ ਸਜ਼ਾ ਕੱਟ ਰਿਹਾ ਆਪਾਂ ਸਾਰੇ ਇੱਕ ਕੰਸਟੀਟਿਊਸ਼ਨ ਦੇ ਅੰਡਰ ਗਵਰਨ ਕੀਤੇ ਜਾ ਰਹੇ ਹਾਂ ਇੱਕ ਕਾਨੂੰਨ ਦੇ ਅੰਡਰ ਆਪਾਂ ਸਾਰੇ ਆਉਂਦੇ ਹਾਂ ਤੇ ਸ਼ਾਇਦ ਉਸੇ ਕਾਨੂੰਨ ਕਰਕੇ ਹਿੰਦੁਸਤਾਨ ਹਿੰਦੁਸਤਾਨ ਹੈ ਪਾਕਿਸਤਾਨ ਨਹੀਂ ਬਣਿਆ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ ਹੈ ਉਹ ਪ੍ਰਧਾਨ ਮੰਤਰੀ ਨੂੰ ਜਾਂ ਤਾਂ ਬਾਅਦ ਵਿੱਚ ਮਾਰ ਦਿੱਤਾ ਜਾਂਦਾ ਜਾਂ ਉਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਉਹ ਉੱਥੇ ਉਹਨਾਂ ਦਾ ਲਾਅ ਐਂਡ ਆਰਡਰ ਹੈ ਤੇ ਹੁਣ ਸਾਡਾ ਲਾਅ ਐਂਡ ਆਰਡਰ ਉਸਾ ਨਹੀਂ ਹੈ ਅੱਛਾ ਠੀਕ ਹੈ ਇਹ ਧਰਨੇ ਅਜਿਹੀਆਂ ਚੀਜ਼ਾਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖਰਾਬ ਕਰਦੀਆਂ ਨੇ ਤੁਸੀਂ ਕਹਿੰਦੇ ਹੋ ਜਗਤਾਰ ਹਵਾਰਾ ਨੂੰ ਛੱਡ ਦਿਓ ਕਿਉਂ ਛੱਡ ਦਿਓ ਉਹਨੇ ਇੱਕ ਸੀਐਮ ਮਾਰਿਆ ਇੱਕ ਸਟੇਟ ਦਾ ਇੱਕ ਮੁੱਖ ਮੰਤਰੀ ਨੂੰ ਮਾਰਿਆ ਜਿਨ੍ਹਾਂ ਨੇ 1984 ਦੇ ਵਿੱਚ ਜਾਂ ਹੋਰ ਕਈ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਦੇ ਉਹਨਾਂ 'ਚ ਨਾਂ ਆਏ ਉਹ ਆਪਣੀ ਸਜ਼ਾ ਕੱਟ ਰਹੇ ਨੇ ਬਹੁਤ ਉਹ ਹੋ ਗਏ ਕਿਉਂ ਛੱਡਿਆ ਜਾਵੇ ਉਹਨਾਂ ਨੂੰ ਤਾਂ ਮੇਰਾ ਵਿਊ ਪੁਆਇੰਟ ਇਹ ਹੈ ਕਿ ਛੱਡਣਾ ਜਾਂ ਉਹਨਾਂ ਦੀ ਸਜ਼ਾ ਮਾਫ਼ ਕਰਨਾ ਬਿਲਕੁਲ ਗਲਤ ਹੈ ਨਹੀਂ ਕਰਨੀ ਚਾਹੀਦੀ ਆਪਾਂ ਲਾਅ ਐਂਡ ਆਰਡਰ ਮੇਨਟੇਨ ਰੱਖੀਏ ਤੇ ਐਗਜ਼ਾਮਪਲ ਵੀ ਇਹੀ ਸੈੱਟ ਕਰੀਏ ਕਿ ਲਾਅ ਐਂਡ ਆਰਡਰ ਮੇਨਟੇਨ ਰਹੇ ਨਾ ਕਿ ਇਹੋ ਜਿਹੇ ਧਰਨਿਆਂ ਦੇ ਪ੍ਰੈਸ਼ਰ 'ਚ ਆ ਕੇ ਇਹਨਾਂ ਨੂੰ ਸਿੱਖਾਂ ਨੂੰ ਛੱਡਿਆ ਜਾਵੇ ਸਿੱਖ ਮੈਂ ਸਿੱਖ ਕਹੂੰਗਾ ਵੀ ਨਹੀਂ ਮਤਲਬ ਸਿੱਖ ਨਹੀਂ ਹੁੰਦੇ ਜਾਂ ਕੋਈ ਹਿੰਦੂ ਨਹੀਂ ਹੁੰਦਾ ਕ੍ਰਿਮੀਨਲਸ ਆਰ ਕ੍ਰਿਮੀਨਲਸ ਉਹ ਕ੍ਰਿਮੀਨਲ ਹੈ ਜਿਹੜੇ ਸਜ਼ਾ ਕੱਟ ਰਹੇ ਹੈ ਉਹਨਾਂ ਨੂੰ ਬੰਦੀ ਸਿੱਖ ਨਾ ਕਿਹਾ ਜਾਵੇ ਅੱਛਾ ਇੱਕ ਗੱਲ ਦੱਸੋ ਕਿ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਫਿਲਹਾਲ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੀ ਹੈ ਤੇ ਉਹਨਾਂ ਦੀ ਗੱਲ ਕਰਾਂਗੇ ਬੈਟਰ ਕਮਿਊਨੀਕੇਸ਼ਨ ਕਿੰਨਾ ਕੁ ਔਖਾ ਕੰਮ ਹੈ ਜੇ ਸਾਨੂੰ ਇਹ ਜਨਤਾ ਨੂੰ ਕਨਵਿੰਸ ਕਰਕੇ ਇਲੈਕਸ਼ਨ ਜਿੱਤ ਸਕਦੇ ਨੇ ਤੇ ਕੀ ਇਹ ਗੱਲਾਂ ਕਮਿਊਨੀਕੇਟ ਕਰ ਦੇਣਾ ਵੀ ਵੀਰੇ ਇਹ ਸਾਡੇ ਹੱਥ 'ਚ ਨਹੀਂ ਹੈ ਇਹ ਕੋਰਟ ਦੇ ਵਿੱਚ ਮਾਮਲਾ ਹੈ ਇਹ ਅਸੀਂ ਇਹਦੇ 'ਚ ਕੁਛ ਕਰ ਹੀ ਨਹੀਂ ਸਕਦੇ ਹਾਂ ਇਹ ਕਮਿਊਨੀਕੇਸ਼ਨ ਦਾ ਚੈਨਲ ਨਹੀਂ ਖੋਲ੍ਹਣਾ ਚਾਹੀਦਾ ਕਿ ਸਰਕਾਰ ਨੂੰ ਕੀ ਕਮਿਊਨੀਕੇਟ ਕਰਕੇ ਤੇ ਗੱਲ ਨੂੰ ਰਿਜ਼ੋਲਵ ਕਰੋ ਸਰਕਾਰਾਂ ਨੇ ਜਿੱਤ ਕੇ ਸਰਕਾਰ ਜਦੋਂ ਬਣ ਜਾਂਦੀ ਹੈ ਤਾਂ ਉਹਨਾਂ ਨੂੰ ਇੱਕ ਸਭ ਤੋਂ ਜਿਹੜੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਉਹ ਹੁੰਦੇ ਆ ਇਮੋਸ਼ਨਸ ਪੰਜਾਬੀਆਂ ਦੇ ਇਮੋਸ਼ਨਸ ਸਿੱਖਾਂ ਦੇ ਇਮੋਸ਼ਨਸ ਹਿੰਦੂਆਂ ਦੇ ਇਮੋਸ਼ਨਸ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਵੈਸੇ ਹੀ ਬਹੁਤ ਖਰਾਬ ਚੱਲ ਰਿਹਾ ਇੱਕ ਇਮੋਸ਼ਨਲ ਵਾਰ ਸ਼ੁਰੂ ਹੋ ਸਕਦੀ ਹੈ ਜੇ ਗਵਰਨਮੈਂਟ ਇਸ ਦੇ ਉੱਤੇ ਕੋਈ ਸਟੇਟਮੈਂਟ ਦਊਗੀ ਮੈਂ ਫਿਰ ਦੁਬਾਰਾ ਉਹੀ ਐਗਜ਼ਾਮਪਲ ਦਊਂਗਾ ਤੁਸੀਂ ਉਹਨੂੰ ਠੀਕ ਕਹੋਗੇ ਮੈਂ ਗਲਤ ਕਹੂੰਗਾ ਜਾਂ ਮੈਂ ਗਲਤ ਕਹੂੰਗਾ ਤੁਹਾਨੂੰ ਠੀਕ ਲੱਗੂਗਾ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਸਰਕਾਰਾਂ ਨਹੀਂ ਪੈਂਦੀਆਂ ਅਤੇ ਮੇਰੇ ਖਿਆਲ ਪੈ ਕੇ ਇਹ ਰਿਜ਼ੋਲਵ ਨਹੀਂ ਹੋਊਗਾ ਹੋਰ ਇੱਕ ਮਤਲਬ ਜਲਦੀ ਅੱਗ ਦੇ ਵਿੱਚ ਤੇਲ ਦੇਣ ਵਾਲਾ ਇੱਕ ਹੋਰ ਕੰਮ ਹੋ ਸਕਦਾ ਇਹਦੇ ਨਾਲ ਜੇ ਕੋਈ ਇਸ ਚੀਜ਼ ਦੇ ਉੱਤੇ ਇਹਨਾਂ ਦੀ ਸਟੇਟਮੈਂਟ ਬਟ ਬੜੀ ਫਿਰ ਮਜਬੂਰ ਸਥਿਤੀ ਹੈ ਸਰਕਾਰ ਦੀ ਵੀ ਅਤੇ ਬੜੀ ਮਜਬੂਰ ਸਥਿਤੀ ਹੈ ਲਾਅ ਐਂਡ ਆਰਡਰ ਦੀ ਕਿ ਆਪਣੇ ਹੈ ਤੇ ਉਹ ਸਾਡੇ ਪੰਜਾਬੀ ਭਾਵੇਂ ਰੁੱਸੇ ਹੋਏ ਨੇ ਜਿਹੜੇ ਸੜਕਾਂ ਤੇ ਬੈਠੇ ਨੇ ਜਿਹੜੇ ਬਲੌਕ ਕਰਕੇ ਬੈਠੇ ਨੇ ਸੜਕਾਂ ਨੂੰ ਜੇ ਅਸੀਂ ਉਹਨਾਂ ਨੂੰ ਕਮਿਊਨੀਕੇਸ਼ਨ ਨਹੀਂ ਪਹੁੰਚਾ ਪਾ ਰਹੇ ਵੀ ਵੀਰੇ ਆਪਾਂ ਕਰ ਨਹੀਂ ਸਕਦੇ ਕਿਉਂਕਿ ਆਪਣੇ ਹੱਥ 'ਚ ਨਹੀਂ ਹੈ ਨਾ ਆ ਕੇ ਬਾਹਰ ਸਟੇਟਮੈਂਟ ਦਿਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਉੱਥੋਂ ਉਠਾਉਣ ਲਈ ਕੋਈ ਉਪਰਾਲਾ ਕੀਤਾ ਜਾਵੇ ਕਿ ਇਹ ਇੰਨਾ ਔਖਾ ਕੰਮ ਹੈ ਕਿ ਆਪਾਂ ਆਪਣੇ ਹੀ ਲੋਕਾਂ ਨੂੰ ਕੁਛ ਰੁੱਸਿਆਂ ਨੂੰ ਮਨਾ ਨਹੀਂ ਪਾ ਰਹੇ ਮੇਰੇ ਹਿਸਾਬ ਨਾਲ ਸਰਕਾਰ ਇੰਟੈਲੀਜੈਂਸ ਏਜੰਸੀਜ਼ ਸਭ ਨੂੰ ਪਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਉੱਥੇ ਬੈਠੇ ਨੇ ਅਤੇ ਬੰਦੀ ਸਿੱਖਾਂ ਨੂੰ ਛੁਡਾਉਣਾ ਚਾਹੁੰਦੇ ਨੇ ਰੈਡੀਕਲ ਆਰਗਨਾਈਜੇਸ਼ਨਸ ਨੇ ਜਿਨ੍ਹਾਂ ਨੇ ਮਾਹੌਲ ਹਮੇਸ਼ਾ ਤੋਂ ਪੰਜਾਬ ਦਾ ਖਰਾਬ ਕੀਤਾ ਉਹ ਇਹਦੇ ਵਿੱਚ ਕਿਤੇ ਨਾ ਕਿਤੇ ਕੰਟਰੀਬਿਊਟ ਕਰ ਰਹੀਆਂ ਨੇ ਅਤੇ ਇਹ ਜਿਵੇਂ ਤੁਸੀਂ ਕਹਿੰਦੇ ਹੋ ਆਮ ਲੋਕ ਇੱਕ ਆਮ ਪੰਜਾਬੀ ਨੇ ਆਮ ਆਦਮੀ ਨੇ ਤਾਂ ਆਪਣਾ ਘਰ ਚਲਾਉਣਾ ਉਹ 20 ਸਾਲ 25 ਸਾਲ ਪਹਿਲਾਂ ਵਾਲੇ ਜਿਹੜੇ ਬੰਦੀ ਸਿੱਖ ਹੋਣਗੇ ਉਹਨਾਂ ਨੂੰ ਛੁਡਾਉਣ ਲਈ ਸੜਕ 'ਤੇ ਨਹੀਂ ਬੈਠੂਗਾ ਉੱਥੇ ਜੇ ਕਿਸੇ ਦੀ ਉਮਰ 30 ਸਾਲ ਹੈ ਜਾਂ ਕਿਸੇ ਦੀ ਉਮਰ 35 ਸਾਲ ਹੈ 1984 ਵਾਲੇ ਨੂੰ ਛੁਡਾਉਣ ਲਈ ਬੈਠਾ ਕਿ ਉਹਨੂੰ ਮਿਲਿਆ ਕਦੀ ਕਿ ਉਹਨੂੰ ਪਤਾ ਹੈ ਉਹ ਅੰਦਰ ਕਿਉਂ ਹੈ ਉੱਥੇ ਅੱਧਿਆਂ ਤੋਂ ਜ਼ਿਆਦਾ ਉਹਨੂੰ ਤਾਂ ਪਤਾ ਵੀ ਨਹੀਂ ਹੈ ਹਾਂ ਲੇਕਿਨ ਦੀਜ਼ ਕਾਇੰਡ ਆਫ ਈਵੈਂਟਸ ਆਰ ਬੈਕਡ ਬਾਏ ਰੈਡੀਕਲਸ ਰੈਡੀਕਲਸ ਨੇ ਔਰਗਨਾਈਜ਼ ਕੀਤਾ ਰੈਡੀਕਲਸ ਨੇ ਰੱਖਿਆ ਤੇ ਚੱਲ ਰਿਹਾ ਚੱਲੂਗਾ ਫਿਰ ਇੱਕ ਹੋਰ ਸਵਾਲ ਜ਼ਹਿਨ 'ਚ ਆਉਂਦਾ ਹੈ ਕਿ ਜੇ ਸਾਡੀ ਇੰਟੈਲੀਜੈਂਸ ਏਜੰਸੀਜ਼ ਕੋਲ ਇੰਨਾ ਇਨਪੁੱਟ ਹੈਗਾ ਕਿ ਇਹ ਰੈਡੀਕਲਸ ਦੇ ਸਪੋਰਟਡ ਨੇ ਤੇ ਫਿਰ ਕਰੋ ਐਕਸ਼ਨ ਉਹ ਆਪਣੇ ਤਰੀਕੇ ਨਾਲ